ਅਸੀਂ ਇੱਥੇ ਜੰਡਿਆਲਾ ਸ਼ਿਵਪੁਰ ਮੁਹੱਲੇ ਦੇ ਵਿੱਚੋਂ 1 ਕਿਲੋ ਹੀਰੋਇਨ ਬਰਾਮਦ ਕੀਤੀ ਆ, ਜਿਹਦੇ ਵਿੱਚ 3 ਬੰਦੇ ਅਸੀਂ ਰਾਊਂਡ ਅਪ ਕੀਤੇ ਆ। ਇੱਕ ਜਗਜੀਤ ਸਿੰਘ ਹੈਗਾ ਜੱਗਾ, ਸਾਨੂੰ ਦਿਲਬਾਗ ਸਿੰਘ ਤਰਸਿੱਕੇ ਏਰੀਏ ਦਾ, ਇੱਕ ਆਕਾਸ਼ ਹੈਗਾ ਅਤੇ ਇੱਕ ਸੰਦੀਪ ਸਿੰਘ ਤਲਵੰਡੀ ਦਨਾਰ ਦਾ। ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰੋਇਨ ਬਰਾਮਦ ਕੀਤੀ ਆ, ਜਿਹੜੇ ਇੱਥੇ ਸਪਲਾਈ ਕਰਨ ਆਏ ਸੀ, ਅਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਆ। ਹਾਂਜੀ, ਨਹੀਂ ਹਥਿਆਰ ਕੋਈ ਨਹੀਂ ਗਾ, ਅਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡਿਆਲੇ ਦੀ SHO ਸਾਹਿਬ ਅਤੇ ਸਾਹਿਬ ਸੁਖਦੇਵ ਸਿੰਘ ਸਬ ਇੰਸਪੈਕਟਰ ਦੀ ਮਿਹਨਤ ਸਦਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ। ਡਰੱਗ ਮਨੀ 5,000 ਰੁਪਈਆ ਇਹਨਾਂ ਦੇ ਕੋਲੋਂ ਮਿਲੀ ਆ। ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ, ਪਰ ਉਹ ਉਸ ਤੋਂ ਪਹਿਲਾਂ ਹੀ ਇਹ ਸਾਡੇ ਹੱਥ ਚੜ ਗਿਆ। ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ, ਪਹਿਲੇ ਪਰਚੇ ਦਰਜ ਹੈਗੇ ਆ। ਇਹ ਸਾਡੀ ਜੇ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ, ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਲੇਕਿਨ ਤਫਤੀਸ਼ ਚੱਲਦੀ ਆ, ਅਗਲਾ ਪਿਛਲਾ ਅਸੀਂ ਸਾਰਾ ਹੀ ਉਹ ਕਲੀਅਰ ਕਰਾਂਗੇ। ਵਰਨਾ ਗੱਡੀ ਦਾ ਨੰਬਰ ਹੈਗਾ ਜੀ DL4C AQ9693। ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜ਼ੀ ਮਨੀ ਕਰਕੇ ਜਾਂ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ 'ਚ ਪਏ ਆ, ਲੇਕਿਨ ਅਸੀਂ ਵੀ ਪੂਰੇ ਮੁਸਤੈਦ ਹੈਗੇ ਆ। ਸਾਡੀ ਫੋਰਸ ਜਿਹੜੀ ਆ ਜੰਡਿਆਲੇ ਦਾ, ਅਸੀਂ ਸਾਰਾ ਇਹ ਤਹੀਆ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ, ਅਤੇ ਸਾਡੀ ਤਾਂ ਲੋਕਾਂ ਨੂੰ ਵੀ ਇਹੀ ਅਪੀਲ ਹੈਗੀ ਆ ਵੀ ਤੁਸੀਂ ਵੱਧ ਚੜ੍ਹ ਕੇ ਸਾਨੂੰ ਇਨਫੋਰਮੇਸ਼ਨ ਦਿਓ। ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ, SHO ਸਾਹਿਬ ਅਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ, ਅਤੇ ਜਾਏ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ, ਫਿਰ ਹੀ ਆ ਲੋਕ ਸਾਥ ਦੇਣਗੇ ਤਾਂ ਫਿਰ ਇਹ ਨਸ਼ੇ ਦੀ ਬਿਲਕੁਲ ਅਸੀਂ ਖਾਤਮਾ ਕਰ ਸਕਦੇ। ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ, ਅਗਰ ਹੱਬ ਆ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ 1 ਅੱਧਾ ਪਰਚਾ ਹੁੰਦਾ। ਹੁਣ ਇਹ ਤੋਂ ਇਲਾਵਾ ਅਸੀਂ ਸ਼ਰਾਬ ਦੇ ਵੀ 3 ਪਰਚੇ ਕੱਲ ਦਰਜ ਕੀਤੇ ਆ, ਉਹਦੇ 'ਚ ਵੀ ਸਾਡੀ ਰਿਕਵਰੀ ਹੋਈ ਆ। ਅਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਸ਼ੇਖੂਪੁਰ ਮੁਹੱਲੇ ਵਾਲਿਆਂ ਨੂੰ ਵੀ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ, ਕੋਈ ਅੱਗੇ ਨਹੀਂ ਆਉਂਦਾ, ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ। ਅਸੀਂ ਇੱਥੇ ਜੰਡਿਆਲਾ ਸ਼ਿਵਪੁਰ ਮੁਹੱਲੇ ਦੇ ਵਿੱਚੋਂ 1 ਕਿਲੋ ਹੀਰੋਇਨ ਬਰਾਮਦ ਕੀਤੀ ਆ, ਜਿਹਦੇ ਵਿੱਚ 3 ਬੰਦੇ ਅਸੀਂ ਰਾਊਂਡ ਅਪ ਕੀਤੇ ਆ। ਇੱਕ ਜਗਜੀਤ ਸਿੰਘ ਹੈਗਾ ਜੱਗਾ, ਸਾਨੂੰ ਦਿਲਬਾਗ ਸਿੰਘ ਤਰਸਿੱਕੇ ਏਰੀਏ ਦਾ, ਇੱਕ ਆਕਾਸ਼ ਹੈਗਾ ਅਤੇ ਇੱਕ ਸੰਦੀਪ ਸਿੰਘ ਤਲਵੰਡੀ ਦਨਾਰ ਦਾ। ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰੋਇਨ ਬਰਾਮਦ ਕੀਤੀ ਆ, ਜਿਹੜੇ ਇੱਥੇ ਸਪਲਾਈ ਕਰਨ ਆਏ ਸੀ, ਅਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ। ਹਾਂਜੀ, ਨਹੀਂ ਹਥਿਆਰ ਕੋਈ ਨਹੀਂ ਗਾ, ਅਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡਿਆਲੇ ਦੀ SHO ਸਾਹਿਬ ਅਤੇ ਸਾਹਿਬ ਸੁਖਦੇਵ ਸਿੰਘ ਸਬ ਇੰਸਪੈਕਟਰ ਦੀ ਮਿਹਨਤ ਸਦਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ। ਡਰੱਗ ਮਨੀ 5,000 ਰੁਪਈਆ ਇਹਨਾਂ ਦੇ ਕੋਲੋਂ ਮਿਲੀ ਆ। ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ, ਪਰ ਉਹ ਉਸ ਤੋਂ ਪਹਿਲਾਂ ਹੀ ਇਹ ਸਾਡੇ ਹੱਥ ਚੜ ਗਿਆ। ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ, ਪਹਿਲੇ ਪਰਚੇ ਦਰਜ ਹੈਗੇ ਆ। ਇਹ ਸਾਡੀ ਜੇ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ, ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਲੇਕਿਨ ਤਫਤੀਸ਼ ਚੱਲਦੀ ਆ, ਅਗਲਾ ਪਿਛਲਾ ਅਸੀਂ ਸਾਰਾ ਹੀ ਉਹ ਕਲੀਅਰ ਕਰਾਂਗੇ। ਵਰਨਾ ਗੱਡੀ ਦਾ ਨੰਬਰ ਹੈਗਾ ਜੀ DL4C AQ9693। ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜ਼ੀ ਮਨੀ ਕਰਕੇ ਜਾਂ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ 'ਚ ਪਏ ਆ, ਲੇਕਿਨ ਅਸੀਂ ਵੀ ਪੂਰੇ ਮੁਸਤੈਦ ਹੈਗੇ ਆ। ਸਾਡੀ ਫੋਰਸ ਜਿਹੜੀ ਆ ਜੰਡਿਆਲੇ ਦਾ, ਅਸੀਂ ਸਾਰਾ ਇਹ ਤਹੀਆ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ, ਅਤੇ ਸਾਡੀ ਤਾਂ ਲੋਕਾਂ ਨੂੰ ਵੀ ਇਹੀ ਅਪੀਲ ਹੈਗੀ ਆ ਵੀ ਤੁਸੀਂ ਵੱਧ
ਚੜ੍ਹ ਕੇ ਸਾਨੂੰ ਇਨਫੋਰਮੇਸ਼ਨ ਦਿਓ। ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ SHO ਸਾਹਿਬ ਅਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ। ਅਤੇ ਜਾਏ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ, ਫਿਰ ਹੀ ਆ ਲੋਕ ਸਾਥ ਦੇਣਗੇ ਤਾਂ ਫਿਰ ਇਹ ਨਸ਼ੇ ਦੀ ਬਿਲਕੁਲ ਅਸੀਂ ਖਾਤਮਾ ਕਰ ਸਕਦੇ। ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ, ਅਗਰ ਹੱਬ ਆ ਤਾਂ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਅੱਧਾ ਪਰਚਾ ਹੁੰਦਾ। ਹੁਣ ਇਹ ਤੋਂ ਇਲਾਵਾ ਅਸੀਂ ਸ਼ਰਾਬ ਦੇ ਵੀ 3 ਪਰਚੇ ਕੱਲ੍ਹ ਦਰਜ ਕੀਤੇ ਆ, ਉਹਦੇ 'ਚ ਵੀ ਸਾਡੀ ਰਿਕਵਰੀ ਹੋਈ ਆ। ਅਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਸ਼ੇਖੂਪੁਰ ਮੁਹੱਲੇ ਵਾਲਿਆਂ ਨੂੰ ਵੀ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ, ਕੋਈ ਅੱਗੇ ਨਹੀਂ ਆਉਂਦਾ। ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ।